रोल लेफ्ट करो, रोल लेफ्ट, रोल ਪੰਜਾਬ ਦੇ ਖੇਤਾਂ ਦੇ ਵਿੱਚ ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਕਿ ਜਦੋਂ ਖੇਤਾਂ ਦੇ ਵਿੱਚ ਯੂਰੀਆ ਦਾ ਛਿੜਕਾਅ ਹੁੰਦਾ ਤਾਂ ਜਾਂ ਮਜ਼ਦੂਰ ਜਾਂ ਕਿਸਾਨ ਇੱਕ ਡਰੰਮੀ ਲੈ ਕੇ ਉਹਦੇ ਜ਼ਰੀਏ ਛਿੜਕਾਅ ਕਰਦੇ ਨੇ ਅਤੇ ਕਾਫੀ ਸਮਾਂ ਲੱਗਦਾ, ਕਈ ਕਈ ਦਿਨ ਲੱਗ ਜਾਂਦੇ ਨੇ ਇੱਕ ਏਕੜ ਨੂੰ ਲੱਗਣ ਲਈ। ਲੇਕਿਨ ਹੁਣ ਪੰਜਾਬ ਦੇ ਖੇਤਾਂ ਦੇ ਵਿੱਚ ਤੁਹਾਨੂੰ ਸਪਰੇਅ ਕਰਨ ਵਾਲੇ ਡਰੋਨ ਨਜ਼ਰ ਆਉਣਗੇ ਔਰ ਉਹਨਾਂ ਨੂੰ ਡਰੋਨਾਂ ਨੂੰ ਚਲਾਉਣ ਵਾਲੀ ਵੀ ਲੇਡੀਜ਼ ਹੋਏਗੀ। ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਪਿੰਡ ਰੱਤੀਆਂ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਇੱਕ ਕਾਫੀ ਵੱਡਾ ਡਰੋਨ ਹੈ ਜਿਹਦੇ ਵਿੱਚ ਯੂਰੀਆ, ਨੈਨੋ ਯੂਰੀਆ ਦਾ ਛਿੜਕਾਅ ਇਸ ਡਰੋਨ ਦੇ ਜ਼ਰੀਏ ਕੀਤਾ ਜਾਂਦਾ, ਕਿਉਂਕਿ ਦੂਰ ਦੂਰ ਤੱਕ ਕਈ ਕਈ ਏਕੜ ਤੱਕ ਇਸ ਡਰੋਨ ਦੇ ਜ਼ਰੀਏ ਇੱਕ ਜਗ੍ਹਾ 'ਤੇ ਖੜ੍ਹ ਕੇ ਹੀ ਸਪਰੇਅ ਕੀਤਾ ਜਾਂਦਾ, ਜਿਹਦੇ ਨਾਲ ਕੀ ਫਾਇਦੇ ਹੁੰਦੇ ਨੇ, ਨਾ ਤਾਂ ਫਸਲ ਦਾ ਕੋਈ ਨੁਕਸਾਨ ਹੁੰਦਾ ਔਰ ਯੂਰੀਆ ਵੀ ਪੂਰੀ ਮਾਤਰਾ ਦੇ ਨਾਲ ਸਹੀ ਜਗ੍ਹਾ 'ਤੇ ਪੈਂਦਾ ਔਰ ਟਾਈਮ ਦੀ ਵੀ ਬਚਤ ਬਹੁਤ ਜ਼ਿਆਦਾ ਹੁੰਦੀ ਹੈ। ਕਿੰਨੀ ਕੁ ਟਾਈਮ ਦੀ ਬਚਤ ਹੁੰਦੀ ਹੈ, ਸਾਡੇ ਨਾਲ ਡਰੋਨ ਪਾਇਲਟ ਨੇ ਜਸਵਿੰਦਰ ਸਿੰਘ ਜੀ, ਜਸਵਿੰਦਰ ਕੌਰ ਜੀ, ਇਹਨਾਂ ਨਾਲ ਗੱਲ ਕਰਾਂਗੇ ਕਿ ਕਿੱਥੋਂ ਟ੍ਰੇਨਿੰਗ ਲਿੱਤੀ ਔਰ ਕਦੋਂ ਤੁਸੀਂ ਇਹ ਡਰੋਨ ਲੈ ਕੇ ਆਏ ਔਰ ਕਿੰਨਾ ਕੁ ਫਾਇਦਾ ਕਿਸਾਨਾਂ ਨੂੰ ਹੁੰਦਾ। ਜਸਵਿੰਦਰ ਜੀ, ਡਰੋਨ ਦੇ ਰਾਹੀਂ ਤੁਸੀਂ ਡਰੋਨ ਪਾਇਲਟ ਬਣੇ ਹੋ, ਡਰੋਨ ਦੇ ਰਾਹੀਂ ਤੁਸੀਂ ਖੇਤਾਂ ਦੇ ਵਿੱਚ ਸਪਰੇਅ ਕਰਦੇ ਹੋ, ਕਿੰਨਾ ਕੁ ਜਿਹੜਾ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਔਰ ਕਿੰਨਾ ਕੁ ਸਮਾਂ ਲੈਂਦਾ ਇਹ? ਸਰ, ਇਹ ਏਕੜ ਦੇ ਵਿੱਚ 7 ਮਿੰਟ ਦੇ ਵਿੱਚ ਸਪਰੇਅ ਹੋ ਜਾਂਦੀ ਆ। ਜ਼ਿਮੀਂਦਾਰ ਭਰਾਵਾਂ ਦੇ ਸਮੇਂ ਦੀ ਬਹੁਤ ਜ਼ਿਆਦਾ ਬੱਚਤ ਹੋਊਗੀ ਔਰ ਜਿਹੜੀ ਸਪਰੇਅ ਆ ਉਹ ਪ੍ਰੋਪਰ ਤਰੀਕੇ ਨਾਲ ਹੋਊਗੀ, ਝਾੜ ਦਾ ਵੀ ਫਾਇਦਾ ਵਧੇਗਾ। ਕਿੱਥੋਂ ਟ੍ਰੇਨਿੰਗ ਲਿੱਤੀ ਹੈ, ਸਾਰਾ ਤਸਦੀਬਾ ਜੀ ਦੱਸੋ ਵੀ ਕਿੱਥੋਂ ਟ੍ਰੇਨਿੰਗ ਲਿੱਤੀ ਹੈ, ਕਦੋਂ ਮਿਲਿਆ ਔਰ ਕਿੰਨਾ ਕਿਹਦੇ ਨਾਲ ਫਾਇਦਾ ਹੋਏਗਾ? ਜੇ ਕਿਸਾਨ ਅਗਰ ਆਪਣੇ ਖੇਤ ਦੇ ਵਿੱਚ ਛਿੜਕਾਉਣਾ ਚਾਹੁੰਦਾ ਇਹਦੇ ਨਾਲ ਯੂਰੀਆ, ਤਾਂ ਉਹਨੂੰ ਟਾਈਮ ਦੀ ਕਿੰਨੀ ਬੱਚਤ ਹੁੰਦੀ ਹੈ, ਪੈਸਾ ਕਿੰਨਾ ਬਚਦਾ? ਸਰ, ਪਹਿਲਾਂ ਤਾਂ ਮੈਂ ਗੁੜਗਾਓਂ ਮਾਨੇਸਰ ਤੋਂ ਟ੍ਰੇਨਿੰਗ ਲਈ ਸੀ, 15 ਦਿਨ ਦੀ ਟ੍ਰੇਨਿੰਗ ਸੀ, ਜਿਹਦੇ ਵਿੱਚ ਪਹਿਲਾਂ ਸਾਡੀ ਇੱਕ ਇੰਟਰਵਿਊ ਲਈ ਗਈ ਸੀ, ਉਹਦੇ ਵਿੱਚ ਸਿਲੈਕਟ ਹੋ ਕੇ ਅਸੀਂ ਅੱਗੇ ਗਏ, ਤਾਂ ਉਸ ਤੋਂ ਬਾਅਦ ਇੱਕ ਥਿਊਰੀ ਟੈਸਟ ਹੋਇਆ, ਥਿਊਰੀ ਟੈਸਟ ਪਾਸ ਕੀਤਾ ਗਿਆ, ਉਸ ਤੋਂ ਬਾਅਦ ਫਿਰ ਇੱਕ ਪ੍ਰੈਕਟੀਕਲ ਟੈਸਟ ਹੋਏ ਜਿਨ੍ਹਾਂ ਨੂੰ ਪਾਸ ਕਰਕੇ ਮੈਂ ਇੱਕ ਪਾਇਲਟ ਬਣੀ, ਉਸ ਦਾ ਸਰਟੀਫਿਕੇਟ ਹਾਸਲ ਕੀਤਾ। ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਹੁਣ ਜਦੋਂ ਮੈਨੂੰ ਡਰੋਨ ਪ੍ਰਾਪਤ ਹੋਇਆ ਤਾਂ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਮਿਲੀ, ਭਰਾਵਾਂ ਨੂੰ ਮਿਲ ਕੇ ਉਹਨਾਂ ਤੋਂ ਪਹਿਲਾਂ ਤਾਂ ਆਰਡਰ ਬੁੱਕ ਕੀਤੇ ਗਏ ਜੋ ਵੀ ਪੈਲੀ 'ਤੇ ਸਪਰੇਅ ਵਗੈਰਾ ਕਰਨੀ ਸੀ। ਉਸ ਦੇ ਵਿੱਚ ਜ਼ਿਮੀਂਦਾਰ ਭਰਾਵਾਂ ਨੂੰ ਮਿਲੀ ਤਾਂ ਉਹਨਾਂ ਨੂੰ ਮੈਂ ਦੱਸਿਆ ਗਿਆ ਕਿ ਇੱਕ ਏਕੜ ਦੇ ਵਿੱਚ 7 ਮਿੰਟ ਦੇ ਵਿੱਚ ਆਪਾਂ ਸਪਰੇਅ ਕਰ ਸਕਦੇ ਹਾਂ ਔਰ ਜੋ ਨੈਨੋ ਯੂਰੀਆ ਦੀ ਜੋ ਵੀ ਸਪਰੇਅ ਕਰਾਂਗੇ ਉਹ ਪ੍ਰੋਪਰ ਤਰੀਕੇ ਨਾਲ ਹੋਊਗੀ ਔਰ ਜਿੱਥੇ ਉਹਦੀ ਜ਼ਰੂਰਤ ਆ ਉੱਥੇ ਉੱਥੇ ਸਪਰੇਅ ਮਿਲੂਗੀ ਉਹਨਾਂ ਨੂੰ। ਅਤੇ ਕਿੰਨਾ ਕੁ ਹੋਰ ਫਾਇਦਾ ਹੋਏਗਾ ਜਾਂ ਕਿਸ ਤਰ੍ਹਾਂ ਤੁਹਾਨੂੰ ਕਿੰਨਾ ਟਾਈਮ ਲੱਗਦਾ ਇਸ ਸਾਰੀ ਚੀਜ਼ ਨੂੰ ਸੈਟਅਪ ਕਰਨ ਲਈ, ਹੋਰ ਕੀ ਚੀਜ਼ਾਂ ਤੁਹਾਡੇ ਨਾਲ? ਸਰ, ਮੈਨੂੰ ਇੱਕ ਈਵੀ ਮਿਲੀ ਆ ਜਿਹਦੇ ਵਿੱਚ ਮੈਂ ਸਾਫ਼ ਪਾਣੀ ਰੱਖ ਕੇ ਲਿਜਾ ਸਕਦੀ ਹਾਂ, ਨਾਲ ਜਨਰੇਟਰ ਵੀ ਮੈਨੂੰ ਮਿਲਿਆ ਹੈ ਜਿਹਦੇ ਨਾਲ ਅਸੀਂ ਬੈਟਰੀਆਂ ਚਾਰਜ ਕਰ ਸਕਦੇ ਹਾਂ, ਬਾਕੀ ਜਿੱਥੇ ਵੀ ਜਾਣਾ ਹੋਊਗਾ ਅਸੀਂ ਈਵੀ ਦੇ ਵਿੱਚ ਰੱਖ ਕੇ ਆਪਣਾ ਡਰੋਨ ਉੱਥੇ ਲਿਜਾ ਕੇ ਅਸੀਂ ਸਪਰੇਅ ਕਰ ਸਕਦੇ ਹਾਂ। ਇਹ ਕਿੰਨੇ ਟਾਈਮ ਦੇ ਵਿੱਚ ਕਿੰਨਾ ਕੁ ਕਰ ਦਿੰਦਾ? ਸਰ, 7 ਮਿੰਟ ਦੇ ਵਿੱਚ ਇੱਕ ਏਕੜ। ਦੂਰੀ ਕਿੰਨੀ ਤੈਅ ਕਰ ਲੈਂਦਾ? ਦੂਰੀ ਸਰ 250 ਕਿਲੋਮੀਟਰ ਦੀ ਦੂਰੀ ਕਰ ਲੈਂਦੀ। ਆਮ ਤੌਰ 'ਤੇ ਆਪਾਂ ਪਹਿਲਾਂ ਦੇਖਦੇ ਸੀ ਖੇਤਾਂ ਦੇ ਵਿੱਚ ਕਿਸਾਨ ਵੀਰ ਆਪ ਖੁਦ ਜਾਂ ਮਜ਼ਦੂਰ ਜਿਹੜੇ ਡਰਮੀਆਂ ਲੈ ਕੇ ਸਪਰੇਅ ਕਰਦੇ ਸੀ, ਕਾਫੀ ਦਿਨ ਵੀ ਲੱਗ ਜਾਂਦੇ ਸੀ, ਜਾਂ ਗੱਡੀ ਦੇ ਜ਼ਰੀਏ ਇੱਕ ਜਿਹੜੀ ਗੱਡੀ ਹੁੰਦੀ ਸੀ ਜਾਂ ਟਰੈਕਟਰ ਟਰਾਲੀ ਦੇ ਪਿੱਛੇ ਇੱਕ ਮੋਟਰ ਲਾ ਕੇ ਉਹਦੇ ਦੇ ਜ਼ਰੀਏ ਵੀ ਸਪਰੇਅ ਕੀਤਾ ਜਾਂਦਾ? ਜੀ ਸਰ, ਉਹਦੇ ਨਾਲ ਕੀ ਸੀਗਾ, ਜ਼ਿਮੀਂਦਾਰ ਭਰਾਵਾਂ ਨੂੰ ਇੱਕ ਤਾਂ ਟਾਈਮ ਬਹੁਤ ਲੱਗ ਜਾਂਦਾ ਸੀਗਾ, ਉਸ ਤੋਂ ਬਾਅਦ ਜਿਹੜੀ ਫਸਲ ਸੀ ਉਹਦੇ ਵਿੱਚ ਦੀ ਲੰਘਦੇ ਸੀ ਜਦੋਂ ਸਪਰੇਅ ਕਰਦੇ ਸੀ ਤਾਂ ਫਸਲ ਦਾ ਨੁਕਸਾਨ ਜ਼ਿਆਦਾਤਰ ਹੁੰਦਾ ਸੀ, ਇਹਦੇ ਨਾਲ ਫਸਲ ਦਾ ਨੁਕਸਾਨ ਨਹੀਂ ਹੋਊਗਾ। ਪ੍ਰੋਪਰ ਤਰੀਕੇ ਨਾਲ ਚਲਾ ਪਾਉਂਦੇ? ਜੀ ਜੀ ਸਰ। ਕਿੰਨਾ ਕੁ ਔਖਾ ਹੈਗਾ? ਨਹੀਂ, ਕੋਈ ਔਖਾ ਨਹੀਂ ਸਰ। ਤੁਸੀਂ ਕਿਵੇਂ ਸੋਚਿਆ ਕਿ ਡਰੋਨ ਪਾਇਲਟ ਬਣਨਾ, ਕਿ ਖੇਤਾਂ ਦੇ ਵਿੱਚ ਯੂਰੀਆ ਦਾ ਸਪਰੇਅ ਕਰਨਾ ਜਾਂ ਖਾਦ ਦਾ ਸਪਰੇਅ ਕਰਨਾ? ਸਰ, ਮੈਨੂੰ ਇੱਕ ਸ਼ੌਂਕ ਸੀ
ਵੀ ਮੈਂ ਖੇਤੀ ਦੇ ਵਿੱਚ ਕੋਈ ਤਬਦੀਲੀ ਲੈ ਕੇ ਆਵਾਂ ਜਿਹਦੇ ਨਾਲ ਮੈਂ ਜ਼ਿਮੀਦਾਰ ਭਰਾਵਾਂ ਨੂੰ ਮਿਲ ਕੇ ਖੇਤੀ ਨੂੰ ਅੱਗੇ ਅਸੀਂ ਵਧਾ ਸਕੀਏ, ਕਿਉਂਕਿ ਹੁਣ ਤੁਸੀਂ ਦੇਖਿਆ ਜਿਹੜੀਆਂ ਫਸਲਾਂ ਨਹੀਂਆਂ ਲੋਕ ਠੇਕਿਆਂ 'ਤੇ ਦੇ ਰਹੇ ਆ, ਬਾਹਰ ਜਾ ਰਹੇ ਆ, ਜ਼ਮੀਨਾਂ ਫਸਲਾਂ ਆਪਣੀਆਂ ਵੇਚ ਰਹੇ ਆ, ਤਾਂ ਮੈਨੂੰ ਇਹ ਦਿਲ ਦੇ ਵਿੱਚ ਸੀ ਕਿ ਫਸਲ ਵੇਚ ਕੇ ਨਾ ਜਾਣ ਅਸੀਂ ਪ੍ਰੋਪਰ ਤਰੀਕੇ ਨਾਲ, ਕਿਉਂਕਿ ਉਹ ਡਰਦੇ ਸੀਗੇ ਕਿ ਸਮਾਂ ਬਹੁਤ ਲੈਂਦੀ ਆ ਫਸਲ, ਤਾਂ ਸਾਡੇ ਕੋਲ ਹੁਣ ਜਿਹੜਾ ਤਕਨੀਕ ਆ ਜਿਹੜਾ ਵੀ ਹੁਣ ਫਾਸਟ ਸਪਰੇ ਦਾ ਹੋ ਗਿਆ, ਜੋ ਵੀ ਕੰਮ ਆ ਫਾਸਟ ਫਾਸਟ ਕਰੂਗਾ, ਟਾਈਮ ਦੀ ਬੱਚਤ ਹੋਊਗੀ ਨਾ, ਇਹਦੇ ਲਈ ਮੇਰੀ ਦਿਲੋਂ ਤਮੰਨਾ ਸੀ ਮੈਂ ਕੋਈ ਇੱਦਾਂ ਦੀ ਚੀਜ਼ ਸਿੱਖਾਂ ਜਿਹਦੇ ਵਿੱਚ ਮੈਂ ਜ਼ਿਮੀਦਾਰ ਭਰਾਵਾਂ ਦੀ ਮਦਦ ਕਰ ਸਕਾਂ। ਅਤੇ ਲੱਗ ਰਿਹਾ ਕਿ ਇਸ ਦੇ ਨਾਲ ਤੁਹਾਨੂੰ ਵੀ ਕੋਈ ਫਾਇਦਾ ਹੋਏਗਾ ਜਾਂ ਤੁਸੀਂ ਵੀ ਇੱਕ ਕੰਮ 'ਤੇ ਲੱਗ ਗਏ ਹੋ, ਤੁਸੀਂ ਆਪਣਾ ਕੰਮ ਕਰ ਰਹੇ ਹੋ? ਜੀ ਸਰ, ਪਹਿਲਾ ਨੰਬਰ ਤਾਂ ਇੱਕ ਆ ਵੀ ਮੈਨੂੰ ਟੈਨਸ਼ਨਾਂ ਤੋਂ ਮੁਕਤੀ ਮਿਲ ਗਈ, ਦੂਸਰੇ ਨੰਬਰ 'ਤੇ ਮੈਨੂੰ ਇੱਕ ਕਮਾਈ ਦਾ ਸਾਧਨ ਮਿਲ ਗਿਆ, ਤਾਂ ਮੇਰਾ ਜਿਹੜਾ ਕਿ ਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਕਮਾਈ ਦਾ ਸਾਧਨ ਮਿਲ ਗਿਆ, ਮੇਰੀ ਕਮਾਈ ਵੀ ਹੋਊਗੀ, ਅੱਗੇ ਜਾ ਕੇ ਮੈਂ ਆਪਣੇ ਬੱਚਿਆਂ ਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਵੀ ਕਰ ਸਕੂੰਗੀ, ਉਹਨਾਂ ਨੂੰ ਪੜ੍ਹਾ ਵੀ ਸਕੂੰਗੀ। ਤੁਸੀਂ ਨੈਨੋ ਯੂਰੀਆ ਦੀ ਗੱਲ ਕੀਤੀ ਹੈ, ਜਿਹੜਾ ਆਮ ਤੌਰ 'ਤੇ ਖੇਤਾਂ ਦੇ ਵਿੱਚ ਛਿੜਕਾਅ ਹੁੰਦਾ, ਜਿਹੜੀ ਖਾਦ ਦਾ ਜਾਂ ਸਪਰੇਅ ਦਾ ਛਿੜਕਾਅ ਹੁੰਦਾ, ਉਹਦਾ ਔਰ ਨੈਨੋ ਯੂਰੀਆ ਦਾ ਕਿੰਨਾ ਕੁ ਫਰਕ ਹੈ ਔਰ ਕੀ ਫਾਇਦਾ? ਸਰ, ਇਸ ਤਰ੍ਹਾਂ ਕਈ ਜ਼ਿਮੀਦਾਰ ਹੁਣ ਕਹਿ ਰਹੇ ਅਸੀਂ ਨੈਨੋ ਯੂਰੀਆ ਨਹੀਂ ਕਰਵਾਉਣਾ, ਪਰ ਨੈਨੋ ਯੂਰੀਆ ਦਾ ਉਹਨਾਂ ਨੂੰ ਰਿਜ਼ਲਟ ਨਹੀਂ ਪਤਾ, ਜੇ ਜਿਵੇਂ ਜਿਵੇਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਤੋਂ ਅਸੀਂ ਫਸਲ ਦਾ ਜਿੰਨਾ 5 ਕਿੱਲੇ ਆ ਜਿਨ੍ਹਾਂ ਕੋਲ, ਉਹਨਾਂ ਨੂੰ ਅਸੀਂ 1 ਕਿੱਲੇ ਦਾ ਕਹਾਂਗੇ ਵੀ 1 ਕਿੱਲੇ ਦਾ ਸਾਨੂੰ ਦੇ ਦਿਓ ਟਾਰਗੇਟ, 1 ਕਿੱਲੇ ਦੇ ਵਿੱਚ ਅਸੀਂ ਆਪਣੀ ਨੈਨੋ ਯੂਰੀਆ ਸਪਰੇਅ ਕਰਕੇ ਦਿਖਾਵਾਂਗੇ, ਫਿਰ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਜੂ ਕਿ ਜਿਹੜੀ ਦੂਸਰੀ ਤੁਸੀਂ ਕੈਮੀਕਲਾਂ ਵਾਲੀ ਸਪਰੇਅ ਕਰਦੇ ਹੋ ਜਾਂ ਇਹਦੇ ਵਿੱਚ ਉਸ ਤਰ੍ਹਾਂ ਦਾ ਕੈਮੀਕਲ ਨਹੀਂ ਹੈਗਾ, ਤਾਂ ਜਿਹੜੀ ਫਸਲ ਹੈਗੀ ਆਉਣ ਵਾਲੇ ਟਾਈਮ ਦੇ ਵਿੱਚ 5-7 ਸਾਲ ਦੇ ਵਿੱਚ ਇਹ ਫਸਲ ਆ ਜਿਹੜੀ ਦੂਸਰੀਆਂ ਸਪਰੇਆਂ ਨਾਲ ਖਤਮ ਹੋਈ ਜਾ ਰਹੀ ਆ, ਪਰ ਜਿਹੜੀ ਅਸੀਂ ਨੈਨੋ ਯੂਰੀਆ ਦੇ ਸਪਰੇਅ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਉਹ ਜਿਹੜੀ ਫਸਲ ਆਪਣੀ ਪ੍ਰੋਪਰ ਤਰੀਕੇ ਨਾਲ ਤਿਆਰ ਕਰਾਂਗੇ। ਅਤੇ ਕਿਹਾ ਜਾ ਸਕਦਾ ਕਿ ਅਗਰ ਇਸ ਆਧੁਨਿਕ ਤਰੀਕੇ ਦੇ ਨਾਲ ਅਗਰ ਸਪਰੇਅ ਕਰਵਾਉਂਦੇ ਹੋ ਤਾਂ ਉਹਦੀ ਮਾਤਰਾ ਵੀ ਪੂਰੀ ਦੀ ਪੂਰੀ ਪੈਂਦੀ ਹੈ, ਕਿਉਂਕਿ ਅਗਰ ਦੂਜੀ ਤਰੀਕੇ ਨਾਲ ਕਿਹਾ ਜਾਵੇ ਤਾਂ ਕਈ ਵਾਰ ਵੱਧ ਘੱਟ ਵੀ ਹੋ ਜਾਂਦੀ? ਨਹੀਂ ਸਰ, ਜਿਹੜੀ ਹੁਣ ਅਸੀਂ ਸਪਰੇਅ ਕਰਾਂਗੇ, ਜਿਵੇਂ ਆਪਾਂ ਦੁਕਾਨ ਤੋਂ ਖਰੀਦ ਕੇ ਲੈ ਕੇ ਆਉਂਦੇ ਸੀਗੇ ਤਾਂ ਉਹ 5 ml ਕਹਿੰਦੇ ਸੀਗੇ, ਉਸ ਤੋਂ ਬਾਅਦ ਜ਼ਿਮੀਦਾਰ ਭਰਾ ਉਹਨਾਂ ਨੂੰ ਕਹਿੰਦਾ ਹੁੰਦਾ ਸੀ 6 ml ਪਾ ਦਿਓ, ਅਤੇ ਅਗਲਾ ਜਿਹੜਾ ਆਪਣਾ ਲੇਬਰ ਵਾਲਾ ਆਪਾਂ ਬੰਦਾ ਲੈ ਕੇ ਆਉਂਦੇ ਸੀ ਤਾਂ ਉਹ ਕੀ ਕਰਦਾ ਸੀ 7 ml ਪਾ ਦਿੰਦਾ ਸੀਗਾ, ਪਰ ਉਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਪਰੇਅ ਨਹੀਂ ਪਾਈ ਜਾਂਦੀ ਸੀ, ਪਾਣੀ ਦੀ ਤਾਂ ਕਹਿ ਰਹੇ ਆ ਸਾਰੇ ਵੀ ਪਾਣੀ ਘੱਟ ਪਾ ਰਹੇ ਹੋ ਤੁਸੀਂ, ਪਰ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਹੈਗਾ ਜਿਹੜਾ ਇਹਦਾ ਪਾਣੀ ਹੈ ਇਹ ਪ੍ਰੋਪਰ ਤਰੀਕੇ ਨਾਲ ਪੱਤਿਆਂ 'ਤੇ ਜਿੱਥੇ ਆਪਾਂ ਨੂੰ ਚਾਹੀਦੀ ਹੈ ਉੱਥੇ ਹੀ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਛਿੜਕਾਅ ਕਰੂਗਾ, ਅਤੇ ਜਿਹੜਾ ਪਹਿਲਾਂ ਢੋਲੀਆਂ ਨਾਲ ਸਪਰੇਅ ਕਰਦੇ ਸੀ ਉਹ ਆਸੇ ਪਾਸੇ ਵੀ ਹੋ ਜਾਂਦਾ ਸੀਗੀ, ਤਾਂ ਉਹ ਪ੍ਰੋਪਰ ਤਰੀਕੇ ਨਾਲ ਪੌਦੇ ਦੇ ਉੱਪਰ ਸਪਰੇਅ ਨਹੀਂ ਕੀਤੀ ਜਾਂਦੀ ਸੀ। ਬਿਲਕੁਲ, ਇਸ ਆਧੁਨਿਕ ਤਰੀਕੇ ਦੇ ਨਾਲ ਅਗਰ ਤੁਸੀਂ ਖੇਤਾਂ ਦੇ ਵਿੱਚ ਸਪਰੇਅ ਕਰਾਉਂਦੇ ਹੋ ਤਾਂ ਕਾਫੀ ਫਾਇਦਾ ਹੋਏਗਾ, ਪੂਰੇ ਪ੍ਰੋਪਰ ਤਰੀਕੇ ਨਾਲ ਸਪਰੇਅ ਹੋਏਗੀ ਔਰ ਕੋਈ ਵੀ ਨੁਕਸਾਨ ਨਹੀਂ ਹੋਏਗਾ, ਕਿਉਂਕਿ ਅੱਜ ਕੱਲ੍ਹ ਲੇਬਰ ਵੀ ਜਿਹੜੀ ਹੈ ਮਿਲਣੀ ਬਹੁਤ ਮੁਸ਼ਕਲ ਹੈ। ਸਾਡੇ ਨਾਲ ਕਿਸਾਨ ਵੀਰ ਵੀ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ ਕਿ ਉਹਨਾਂ ਨੇ ਵੀ ਆਪਣੇ ਖੇਤਾਂ ਦੇ ਵਿੱਚ ਇਸ ਡਰੋਨ ਜ਼ਰੀਏ ਜਿਹੜਾ ਯੂਰੀਆ ਦਾ ਸਪਰੇਅ ਕਰਵਾਇਆ ਅਤੇ ਕਿੰਨਾ ਕੁ ਫਾਇਦਾ ਹੋ ਰਿਹਾ, ਔਰ ਦੂਜੇ ਅਗਰ ਉਹ ਢੋਲੀ ਦੇ ਨਾਲ ਕੋਈ ਮਜ਼ਦੂਰ ਲਗਾਉਂਦੇ ਸੀਗੇ ਤਾਂ ਉਹਦੇ ਨਾਲ ਕਿੰਨਾ ਕੁ ਟਾਈਮ ਲੱਗਦਾ ਸੀਗਾ? ਵੀਰ ਜੀ, ਕੀ ਨਾਮ ਹੈ ਤੁਹਾਡਾ? ਲਵਦੀਪ ਸਿੰਘ ਜੀ। ਲਵਦੀਪ ਜੀ, ਖੇਤਾਂ ਦੇ ਵਿੱਚ ਡਰੋਨ ਦੇ ਰਾਹੀਂ ਤੁਸੀਂ ਸਪਰੇਅ ਕਰਾ ਰਹੇ ਹੋ, ਕਿਵੇਂ ਦਿਮਾਗ 'ਚ ਆਇਆ ਕਿ ਡਰੋਨ ਦੇ ਨਾਲ ਸਪਰੇਅ ਕਰਾ ਜਾਵੇ? ਇਹ ਭੈਣ ਜੀ ਇੱਕ ਸਕੀਮ ਲੈ ਕੇ ਆਏ ਸੀਗੇ, ਅਸੀਂ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਸੀਗਾ, ਉਹਦੇ ਸੰਬੰਧ 'ਚ ਅਸੀਂ ਵੀ ਦੇਖਿਆ ਵੀ ਨਵੀਂ ਚੀਜ਼ ਆ, ਅਸੀਂ ਉਹਨੂੰ ਦੇਖ ਕੇ ਅਤੇ ਅਸੀਂ ਭੈਣ ਜੀ ਨਾਲ ਗੱਲਬਾਤ ਕੀਤੀ ਔਰ ਅੱਜ ਅਸੀਂ ਮੈਗਜ਼ੀਨ ਦਾ ਇੱਥੇ ਛਿੜਕਾਅ ਕਰਵਾਇਆ ਕਣਕ ਦੇ ਉੱਪਰ, ਸਾਨੂੰ ਬਹੁਤ ਵਧੀਆ ਲੱਗਾ ਜੀ ਇਹ ਚੀਜ਼। ਕੀ ਫਾਇਦੇ ਹੋ ਰਹੇ ਆ ਇਸ ਨਾਲ? ਟਾਈਮ ਦੀ ਵੀ ਬੱਚਤ ਹੋ ਰਹੀ ਹੈ ਜਾਂ ਜਿਵੇਂ ਲੇਬਰ ਵੀ ਕਈ ਵਾਰ ਨਹੀਂ ਮਿਲਦੀ? ਹਾਂਜੀ, ਟਾਈਮ ਦੀ ਬੱਚਤ ਤਾਂ ਹੈਗੀ, 7 ਮਿੰਟ ਦੇ ਵਿੱਚ 3 ਮਿੰਟ ਦੇ ਵਿੱਚ 1 ਕਿੱਲਾ ਕਰ ਦਿੰਦਾ ਜੀ, ਉਵੇਂ ਜ਼ਿਆਦਾ ਟਾਈਮ ਲੱਗਦਾ ਜਿਵੇਂ ਅਸੀਂ ਪਾਣੀ ਲਾ ਲਓ 120 ਲੀਟਰ ਲਾਉਂਦੇ ਹਾਂ ਜਾਂ 100 ਲੀਟਰ ਲਾਉਂਦੇ ਹਾਂ, ਇਹ ਨਾ 10 ਲੀਟਰ ਹੀ ਲੱਗਾ, ਉਹ ਜਿਹੜੀ ਮੈਡੀਸਨ ਜਾਂ ਮੈਗਜ਼ੀਨ ਕੀਤੀ ਉਹ ਵੀ ਤਕਰੀਬਨ 3-4 ਬੂੰਦਾਂ ਜਿਵੇਂ ਕਹਿ ਦਈਏ ML ਦੇ ਵਿੱਚ ਆਈ ਆ, ਉਹ ਨਵੀਂ ਟੈਕਨੋਲੋਜੀ ਆ ਜੀ, ਵਧੀਆ ਲੱਗਾ ਜੀ ਕਰਾ ਅਤੇ ਪ੍ਰੋਪਰ ਤਰੀਕੇ ਨਾਲ ਵੀ ਹੁੰਦੀ ਹੈ? ਹਾਂਜੀ, ਪੂਰਾ ਛਿੜਕਾਅ ਹੋਇਆ, ਅੱਗੇ ਰਿਜ਼ਲਟ ਦੇਖਦੇ ਹਾਂ ਜੀ, ਸਾਨੂੰ ਵੈਸੇ ਵਧੀਆ ਲੱਗਾ ਜੀ। ਬਿਲਕੁਲ, ਪ੍ਰੋਪਰ ਤਰੀਕੇ ਨਾਲ ਛਿੜਕਾਅ ਹੁੰਦਾ ਵੀਰ ਜੀ, ਤੁਸੀਂ ਕੀ ਕਹੋਗੇ ਡਰੋਨ ਦੇ ਜ਼ਰੀਏ? ਅੱਜ ਤੁਹਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਖੇਤਾਂ ਦੇ ਵਿੱਚ ਡਰੋਨ ਉੱਡਦਾ, ਆਮ ਤੌਰ 'ਤੇ ਖੇਤਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਮਜ਼ਦੂਰ ਜਾਂ ਕਿਸਾਨ ਡਰਮੀ ਲੈ ਕੇ ਸਪਰੇਅ ਕਰਦੇ ਹੁੰਦੇ ਸੀ? ਖੇਤਾਂ ਦੇ ਵਿੱਚ ਬਹੁਤ ਵਧੀਆ ਲੱਗਿਆ ਜੀ, ਅੱਜ ਪਹਿਲੇ ਦਿਨ ਸਟਾਰਟ ਕੀਤਾ ਡਰੋਨ ਲੈ ਕੇ, ਡਰੋਨ ਨੇ ਵਧੀਆ ਆਪਣਾ ਜਿਹੜਾ ਰਿਜ਼ਲਟ ਦਿੱਤਾ ਸਾਨੂੰ, ਬਾਕੀ ਅੱਗੇ ਦੇਖਦੇ ਕੀ ਬਣਦਾ ਜੀ।
ਬਿਲਕੁਲ ਡਰੋਨ ਦੇ ਜ਼ਰੀਏ ਹੁਣ ਤੁਸੀਂ ਖੇਤਾਂ ਦੇ ਵਿੱਚ ਦੇਖੋਗੇ ਕਿ ਡਰੋਨ ਦੇ ਜ਼ਰੀਏ ਜਿਹੜੀ ਹੈ ਯੂਰੀਆ ਦਾ ਸਪਰੇਅ ਹੋਏਗਾ। ਇਹਦੇ ਨਾਲ ਫਾਇਦੇ ਕੀ ਹੋਣਗੇ? ਫਾਇਦਾ ਇਹ ਹੋਏਗਾ, ਇੱਕ ਤਾਂ ਟਾਈਮ ਦੀ ਬੱਚਤ ਹੋਏਗੀ ਔਰ ਦੂਜੇ ਪਾਸੇ ਯੂਰੀਆ ਵੀ ਪ੍ਰੋਪਰ ਤਰੀਕੇ ਨਾਲ ਛਿੜਕਾਅ ਹੋਏਗਾ ਔਰ ਫਸਲਾਂ ਨੂੰ ਵੀ ਨੁਕਸਾਨ ਨਾ ਹੋਏਗਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਡਰੋਨ ਪਾਇਲਟ ਹੈ ਮੋਗਾ ਦੇ ਵਿੱਚ, ਮੋਗਾ ਜ਼ਿਲ੍ਹਾ ਦੇ ਵਿੱਚ ਡਰੋਨ ਪਾਇਲਟ ਜਸਵਿੰਦਰ ਕੌਰ ਨੇ, ਉਹ ਖੇਤਾਂ ਦੇ ਵਿੱਚ ਆਪਣਾ ਡਰੋਨ ਲੈ ਕੇ ਪਹੁੰਚੇ ਨੇ। ਇੱਕ ਗੱਡੀ ਹੈ ਜਿਹੜੀ, ਉਹ ਗੱਡੀ ਵੀ ਜਿਹੜੀ ਹੈ ਇਹਨਾਂ ਨੂੰ ਮਿਲੀ ਹੋਈ ਹੈ ਔਰ ਗੱਡੀ 'ਚ ਇਹ ਆਪਣਾ ਡਰੋਨ ਲੈ ਕੇ ਖੇਤਾਂ ਦੇ ਵਿੱਚ ਜਾਂਦੇ ਨੇ ਔਰ ਬਹੁਤ ਥੋੜ੍ਹੇ ਪੈਸਿਆਂ ਦੇ ਵਿੱਚ ਇੱਕ ਏਕੜ ਦੇ ਵਿੱਚ 7 ਮਿੰਟ ਦੇ ਵਿੱਚ ਕਰੀਬ ਦੇ ਵਿੱਚ ਜਿਹੜਾ ਇੱਕ ਏਕੜ ਪੂਰਾ ਕਰ ਦਿੰਦੇ ਨੇ ਔਰ ਸਪਰੇਅ ਕਰਦੇ ਨੇ। ਹੁਣ ਤੁਹਾਨੂੰ ਪੰਜਾਬ ਦੇ ਖੇਤਾਂ ਦੇ ਵਿੱਚ ਉਹ ਮਜ਼ਦੂਰ ਨਜ਼ਰ ਨਹੀਂ ਆਉਣਗੇ ਜਿਹੜੇ ਡਰਮੀਆਂ ਲੈ ਕੇ ਇੱਕ ਇੱਕ ਦੋ ਦੋ ਦਿਨ ਲਾ ਕੇ ਕਈ ਕਈ ਏਕੜ 'ਤੇ ਜਿਹੜਾ ਸਪਰੇਅ ਕਰਦੇ ਸੀ। ਹੁਣ ਡਰੋਨ ਦੇ ਜ਼ਰੀਏ ਤੁਹਾਨੂੰ ਖੇਤਾਂ ਦੇ ਵਿੱਚ ਸਪਰੇਅ ਕਰਨਾ ਆਸਾਨ ਹੋਏਗਾ ਔਰ ਦੂਜੇ ਪਾਸੇ ਜਿਹੜੀਆਂ ਲੇਡੀਜ਼ ਇਹਨਾਂ ਕੰਮਾਂ ਦੇ ਵਿੱਚ ਅੱਗੇ ਵੱਧ ਰਹੀਆਂ ਉਹਨਾਂ ਨੂੰ ਵੀ ਲਾਭ ਮਿਲੇਗਾ। ਦੀਪਕ ਸਿੰਗਲਾ, ਨਿਊਜ਼ 18 ਮੋਗਾ।